ਅਨਿ ਸਵਾਗਤ ਹੈ ਤੁਹਾਡਾ ਈਟीडी ਫਰਸਟ ਇਅਰ ਦੀ ਇਸ ਕਲਾਸ ਵਿੱਚ ਈਟीडी ਫਰਸਟ ਇਅਰ ਦੀ ਇਹ ਆਪਣਾ ਸਬਜੈਕਟ ਜੋ ਹੈ ਕੰਟੈਂਪੋਰੀ ਇੰਡੀਅਨ ਸੋਸਾਇਟੀ ਦੀ ਇਹ ਫਰਸਟ ਕਲਾਸ ਹੈ ਤੇ ਤੁਸੀਂ ਜੀ ਈਟीडी ਫਰਸਟ ਜਾਂ ਸੈਕੰਡ ਇਅਰ ਦੇ ਸਟੂਡੈਂਟ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਪ੍ਰੀਵੀਅਸ ਇਅਰ ਪੇਪਰਸ ਐਂਡ ਸਾਰੇ ਸਬਜੈਕਟਸ ਦੀਆਂ ਕਲਾਸਿਸ ਮਿਲ ਜਾਣਗੀਆਂ ਆਨਲਾਈਨ ਕਲਾਸਿਸ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਜੋ ਆਪਣਾ ਪ੍ਰੀਵੀਅਸ ਇਅਰ ਪੇਪਰ ਹੈ ਕੰਟੈਂਪੋਰੀ ਇੰਡੀਅਨ ਸੋਸਾਇਟੀ ਦਾ ਜੋ 2018-19 ਵਿੱਚ ਆਇਆ ਹੈ ਅਨੇ 3 ਘੰਟੇ ਟਾਈਮ ਮੈਕਸਿਮਮ ਮਾਰਕਸ ਜੋ 70 ਹਨ ਇਸ ਦੇ ਇਹਦੇ ਵਿੱਚ ਤਿੰਨ ਭਾਗ ਹਨੀ ਭਾਗ ੳ ਐੜਾ ਤੇ ਏੜੀ ਭਾਗ ੳ ਦੇ ਵਿੱਚ ਇੱਕ ਇੱਕ ਨੰਬਰ ਦੇ ਪ੍ਰਸ਼ਨ ਕਿੰਨੇ ਹਨੀ 6 1 6 ਨੰਬਰ ਇਹ ਹਨ ਭਾਗ ਐੜੇ ਵਿੱਚ 9 ਪ੍ਰਸ਼ਨ ਆਉਂਦੇ ਹਨ 8 ਕਰਨੇ ਹੁੰਦੇ ਹਨ 8 3 ਨੰਬਰ ਦਾ ਹੁੰਦਾ ਕੁਐਸਚਨ 8 3 24 24 6 3 24 ਬਲੱਸ 63 ਨੰਬਰ ਇੱਥੋਂ ਤੇ ਕਰੋਗੇ ਤੇ 40 ਮਾਰਕਸ ਜੋ ਹਨ ਉਹ ਵੱਡੇ ਕੁਐਸਚਨ 10-10 ਮਾਰਕਸ ਵਾਲੇ ਚਾਰ ਕੁਐਸਚਨ ਆਉਂਦੇ ਹਨ ਹਰੇਕ ਕੁਐਸਚਨ ਵਿੱਚ ਇੱਕ ਜਾਂ ਹੁੰਦੀ ਹੈ ਦੋਵਾਂ ਵਿੱਚੋਂ ਇੱਕ ਪ੍ਰਸ਼ਨ ਕਰਨਾ ਹੁੰਦਾ ਈ ਅਣੀ ਸ਼ੁਰੂ ਕਰਦੇ ਆ ਜੋ ਪਿਛਲੀ ਵਾਰ ਦਾ ਪ੍ਰਸ਼ਨ ਆਇਆ ਸੀ 30 ਨੰਬਰ ਦੀ ਟਾੜੀ ਜਾਂਦੀ ਐਸੈਸਮੈਂਟ ਹੁੰਦੀ ਹੈ ਟੋਟਲ 100 ਮਾਰਕਸ ਪੂਰੇ ਹੋਗੇ ਇੱਥੇ ਸਾਰੇ ਪ੍ਰਸ਼ਨ ਜ਼ਰੂਰੀਆਂ ਛੋਟੇ ਹੀ 6 ਦੇ 6 ਪਿਛਲੀ ਵਾਰ ਆਇਆ ਸੀ ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ ਇਸ ਦੇ ਮੁਖੀ ਕੌਣ ਸਨ ਇਹੜਾ ਕੁਸ਼ਨ ਆਇਆ ਸੀ ਵਿਧਾਨਪਾਲਿਕਾ ਦਾ ਮੁੱਖ ਕੰਮ ਕੀ ਹੁੰਦਾ ਹੈ? ਈੜੀ ਕੁਸ਼ਨ ਸੀ ਸਿੱਖਿਆ ਦੇ ਅਧਿਕਾਰ ਐਕਟ 2009 ਦੇ ਦੋ ਮੁੱਖ ਲਾਭ ਦੱਸੋ। ਸਸਾ ਕੁਸ਼ਨ ਸੀ ਲੋਕਤੰਤਰ ਦੀ ਪਰਿਭਾਸ਼ਾ ਲਿਖੋ। ਹਾਹਾ ਕੁਸ਼ਨ ਸੀ ਉਧਾਰਵਾਦ ਤੋਂ ਕੀ ਭਾਵ ਹੈ? ਕਕਾ ਕੁਸ਼ਨ ਸੀ ਭਾਰਤ ਵਿੱਚ ਲੇਬਰ ਦੀ ਪ੍ਰਵਾਸੀ ਦੇ ਕੋਈ ਦੋ ਕਾਰਨ ਦੱਸੋ। ਭਾਗ ਏੜੇ ਵਿੱਚ 8 ਪ੍ਰਸ਼ਨ ਕਰਨ ਦੇ ਨੰਬਰ ਵਿੱਚੋਂ। ਭਾਗ ਏੜੇ ਚ ਜੋ ਪ੍ਰਸ਼ਨ ਆਏ ਸੰ ਦੇਖ ਲਓ ਤੁਸੀਂ। 8 ਪ੍ਰਸ਼ਨ ਕਰਨੇ ਪਾ ਗੂੜਾ ਜੋ ਊੜਾ ਜੋ ਪ੍ਰਸ਼ਨ ਆਇਆ ਸੀ 1857 ਈਸਵੀ ਦੇ ਵਿਦਰੋਹ ਦੀ ਅਸਫਲਤਾ ਦੇ ਮੁੱਖ ਕਾਰਨਾਂ ਦਾ ਵਰਣਨ ਕਰੋ ਐਡਾ ਕੁਐਸ਼ਨ ਸੀ ਗੁਰਦੁਆਰਾ ਸੁਧਾਰ ਲਹਿਰ ਉੱਤੇ ਸੰਖੇਪ ਨੋਟ ਲਿਖੋ ਈਡੀ ਕੁਐਸ਼ਨ ਸੀ ਭਾਰਤ ਵਿੱਚ ਕਾਰਜਪਾਲਿਕਾ ਦੀ ਭੂਮਿਕਾ ਬਾਰੇ ਦੱਸੋ ਸਸਾ ਕੁਐਸ਼ਨ ਸੀ ਬਲੈਕ ਵੋਟ ਅਧਿਕਾਰ ਤੋਂ ਕੀ ਭਾਵ ਹੈ ਬਾਰੇ ਚੰਨਣਾ ਪਾਓ ਹਾਹਾ ਕੁਐਸ਼ਨ ਸੀ ਭਾਰਤੀ ਸੰਵਿਧਾਨ ਦੁਆਰਾ ਨਿਸ਼ਚਿਤ ਕੀਤੇ ਗਏ ਕਰਤਵਾਂ ਦਾ ਵਰਣਨ ਕਰੋ ਕਾਕਾ ਕੁਐਸ਼ਨ ਸੀ ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤ ਵਿੱਚ ਅੰਤਰ ਸਪਸ਼ਟ ਕਰੋ ਖਾ ਕਾਹੋਸ਼ਨ ਸੀ ਵਾਤਾਵਰਣ ਦੀ ਰੱਖਿਆ ਲਈ ਚੱਲੇ ਚੇਪਕੋ ਅੰਦੋਲਨ ਬਾਰੇ ਸੰਖੇਪ ਵਿੱਚ ਵਰਣਨ ਕਰੋ ਗਗਾ ਕਾਹੋਸ਼ਨ ਸੀ ਭਾਰਤੀ ਅਰਥਵਿਵਸਥਾ ਉੱਤੇ ਵਿਸ਼ਵੀਕਰਨ ਦੇ ਪ੍ਰਭਾਵ ਪਏ ਦਾ ਵਰਣਨ ਕਰੋ ਤੇ ਘਗਾ ਕਾਹੋਸ਼ਨ ਸੀ ਅਵਸਥਿਤ ਖੇਤਰ ਕੀ ਹੁੰਦੇ ਹਨ ਇਸ ਦਾ ਵਿਸਤਾਰ ਵਿੱਚ ਜਾਣਕਾਰੀ ਦਿਓ ਹਾਂਜੀ ਨੋਆ ਵਿੱਚ ਕੋਈ 8 ਪ੍ਰਸ਼ਨ ਕਰਨੇ ਹੁੰਦੇ ਹਨ ਉਸ ਤੋਂ ਜੋ ਪ੍ਰਸ਼ਨ ਵੱਡੇ ਆਏ ਸਨ ਲੌਂਗ ਕੁਐਸ਼ਨ ਹਾਂਜੀ 3 ਮਾਰਕਸ ਵਾਲੇ ਜੋ ਕੁਐਸ਼ਨ ਹਨ ਨੇ ਤੁਸੀਂ ਘੱਟੋ ਘੱਟ ਹੀ ਡੇਢ ਦੋ ਪੇਜਾਂ ਦੇ ਲਿਖਿਆ ਕਰੋ ਕਿਉਂਕਿ ਇੱਕ ਪੇਜ ਦਾ ਲਿਖੋਗੇ ਤੁਹਾਨੂੰ ਇੱਕ ਦਾ ਨੰਬਰ ਹੀ ਕਈ ਵਾਰ ਐਗਜ਼ਾਮੀਨਰ ਦੇ ਦਿੰਦਾ ਹੈ ਕਈ ਵਾਰ ਐਗਜ਼ਾਮੀਨਰ ਦੇ ਡਿਪੈਂਡ ਕਰਦਾ ਹੈ ਹੋ ਨੰਬਰ ਕਿਸ ਹਿਸਾਬ ਨਾਲ ਦਿੰਦਾ ਹੈ ਅਗਰ ਤੁਸੀਂ ਡੇਢ ਪੇਜ ਦਾ ਜਾਂ ਦੋ ਪੇਜ ਦਾ ਲਿਖੋਗੇ ਤੁਹਾਨੂੰ ਤਿੰਨ ਵਿੱਚੋਂ ਹੀ 2.5 ਨੰਬਰ ਮਿਲਦਾ ਚਾਂਸ ਬਣ ਜਾਂਦੇ ਹਨ ਹਾਂ ਜੀ ਜੋ ਵੱਡੇ ਕੁਸ਼ਨ 10 ਮਾਰਕਸ ਵਾਲੇ ਹਨ ਇਹ ਤੁਸੀਂ ਚਾਰ ਪੇਜ ਦਾ ਘੜ ਤੋਂ ਘੜ ਲਿਖਿਆ ਕਰੋ ਪੰਜ ਪੇਜ ਦਾ ਲਿਖੋਗੇ ਤੌਰ ਵੀ ਬਹੁਤ ਵਧੀਆ ਹੈ ਤਾਨੂੰ ਮੈਂ ਪੇਪਰ ਇੱਕ ਸੋਲਵ ਇਹੀ ਪੇਪਰ ਲਾਸਟ ਤੇ ਵੀਡੀਓਸ ਤੇ ਸੋਲਵ ਕਰ ਦੂੰਗਾ ਜਦੋਂ ਸਿਲੇਬਸ ਹੋ ਗਿਆ ਇਹ ਕਿਸ ਤਰ੍ਹਾਂ ਤੁਸੀਂ ਜੋ ਕੁਐਸਚਨ ਹਨ 10 ਨੰਬਰ ਵਾਲੇ ਜੋ 3 ਨੰਬਰ ਵਾਲੇ ਸ਼ੁਰੂ ਕਰਨੇ ਹਨ ਲਿਖਨੇ ਹਨ ਕਿ ਤੁਹਾਨੂੰ 10 ਵਿੱਚ ਜ 8 9 ਨੰਬਰ ਮਿਲ ਜਾਣ ਜੋ ਕੁਐਸਚਨ ਆਇਆ ਸੀ ਬਸਤੀਵਾਦ ਤੋਂ ਕੀ ਭਾਵ ਹੈ ਬਸਤੀਵਾਦ ਦਾ ਭਾਰਤ ਦੀ ਸਮਾਜਿਕ ਆਰਥਿਕ ਵਿਵਸਥਾ ਉੱਪਰ ਕੀ ਪ੍ਰਭਾਵ ਪਿਆ ਜਾਂ ਕਰਨਾ ਸੀ ਸ਼੍ਰੀ ਰਵਿੰਦਰ ਨਾਥ ਟੈਗੋਰ ਜੀ ਦੇ ਸੁਤੰਤਰ ਭਾਰਤ ਲਈ ਕੀ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਵਰਣਨ ਕਰੋ ਚੌਥਾ ਕੁਐਸਚਨ ਸੀ ਭਾਰਤੀ ਸੰਵਿਧਾਨ ਦੁਆਰਾ ਸਿੱਖਿਆ ਲਈ ਕੀਤੇ ਪ੍ਰਬੰਧਾਂ ਦਾ ਵਿਸਤਾਰ ਪੂਰਵਕ ਵਰਣਨ ਕਰੋ ਜਾਂ ਆਇਆ ਸੀ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਦਾ ਵਿਸਤਾਰ ਵਿਸਤਾਰ ਪੂਰਵਕ ਵਰਣਨ ਕਰੋ ਪਹਿਲਾ ਕੁਐਸਚਨ ਸੀ ਲੋਕਤੰਤਰ ਤੋਂ ਕੀ ਭਾਵ ਹੈ ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਤੇ ਕਮੀਆਂ ਬਾਰੇ ਦੱਸੋ ਜਾਂ ਆਇਆ ਸੀ ਭਾਰਤੀ ਸੰਵਿਧਾਨ ਦੀ 74ਵੀਂ ਸੋਧ ਅਨੁਸਾਰ ਵਿਕੇਂਦਰੀਕਰਨ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿਓ ਛੇਵਾਂ ਕੁਐਸਚਨ ਜੀ ਜੀ ਨਿੱਜੀਕਰਨ ਤੋਂ ਕੀ ਭਾਵ ਹੈ ਭਾਰਤੀ ਅਰਥਵਿਵਸਥਾ ਉੱਪਰ ਨਿੱਜੀਕਰਨ ਦੇ ਪ੍ਰਭਾਵਾਂ ਦਾ ਵਰਣਨ ਕਰੋ ਜਾਂ ਆਇਆ ਸੀ ਵਿਸ਼ਵੀਕਰਨ ਨਿੱਜੀਕਰਨ ਉਧਾਰੀਕਰਨ ਨਾਲ ਸਾਡੇ ਭਾਰਤੀ ਵਾਤਾਵਰਣ ਤੇ ਕੀ ਪ੍ਰਭਾਵ ਪੈਣ ਦਾ ਵਰਣਨ ਕਰੋ ਜੀ ਹਾਂਜੀ ਇਹ ਤੁਹਾਡਾ ਪੇਪਰ ਜੋ ਆਪਾਂ ਡਿਸਕਸ ਕੀਤਾ ਪਿਛਲੇ ਹਾਲ ਦਾ 40 ਮਾਰਕਸ ਦੇ ਵੱਡੇ ਕੁਐਸਚਨ ਜੋ ਹਨ ਤੇ 24 ਮਾਰਕਸ ਦੇ ਜੋ 3 ਨੰਬਰ ਵਾਲੇ ਔਰ 6 ਮਾਰਕਸ ਦੇ ਇੱਕ ਨੰਬਰ ਵਾਲੇ ਟੋਟਲ 70 ਮਾਰਕਸ ਦਾ ਦੇ ਇਸ ਤਰ੍ਹਾਂ ਬੰਦਿਆ ਨੇ ਇਸ ਪੇਪਰ ਦੇ ਅਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੇਕਰ ਕੋਈ ਚੀਜ਼ ਪੁੱਛਣੀ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਜੀ ਈ 21st اور 2nd ایئر ਦੇ ਤਨੁਸਾਰੀਆਂ ਵੀਡੀਓਸ ਇਸ ਚੈਨਲ ਦੇ ਮਿਲ ਜਾਣਗੀਆਂ ਥੈਂਕ ਯੂ ਜੀ